ਸਰਕਾਰ ਮੁਰਦਾਬਾਦ, ਭਾਜਪਾ ਸਰਕਾਰ ਮੁਰਦਾਬਾਦ। ਆ ਕੀ ਹੋਇਆ? ਆ ਕੀ ਹੋਇਆ? ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਕਾਲੇ ਕਾਨੂੰਨ ਵਾਪਸ ਲੋ, ਕਾਲੇ ਕਾਨੂੰਨ ਵਾਪਸ ਲੋ, ਕਾਲੇ ਕਾਨੂੰਨ ਵਾਪਸ। ਜਿੰਦਾ ਰਾਜ ਨਹੀਂ ਚੱਲੇਗਾ, ਬੀਜੀ ਚੱਲੇਗੀ। ਜਿੰਦਾ ਰਾਜ ਨਹੀਂ ਚੱਲੇਗਾ। ਪ੍ਰਦਰਸ਼ਨ ਆਏ ਆਮ ਆਦਮੀ ਪਾਰਟੀ ਦੀ ਸਮੁੱਚੀ ਪਟਿਆਲਾ ਟੀਮ ਵੱਲੋਂ, ਜਿਹੜਾ ਯੂਪੀ ਦੇ ਵਿੱਚ ਇੱਕ ਮੰਦਭਾਗੀ ਘਟਨਾ ਹੋਈ ਹੈ, ਜਿਹਦੇ ਵਿੱਚ ਸਾਡੇ ਕਿਸਾਨ ਵੀਰਾਂ ਨੂੰ ਉੱਥੋਂ ਦੇ ਇੱਕ ਲੀਡਰ ਦੇ ਪੁੱਤਰ ਵੱਲੋਂ ਜਿਹੜਾ ਆਪਣੀ ਜੀ ਪੇਟਾਂ ਦਰੜ ਕੇ ਉਹਨੂੰ ਮਾਰਿਆ ਗਿਆ, ਅੱਜ ਉਹਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਸਮੁੱਚੀ ਲੀਡਰਸ਼ਿਪ ਪੁਤਲਾ ਸਾੜ ਕੇ ਯੋਗੀ ਅਤੇ ਮੋਦੀ ਦਾ ਜਿਹੜਾ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ, ਅਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਹਦੇ ਉੱਪਰ ਜਲਦ ਤੋਂ ਜਲਦ ਪਰਚਾ ਦੇ ਕੇ ਅਤੇ ਜਲਦ ਤੋਂ ਜਲਦ ਉਹਦੀ ਜਿਹੜੀ ਫਾਸਟ ਟਰੈਕ ਕੋਰਟ ਦੇ ਵਿੱਚ ਕੇਸ ਚਲਾ ਕੇ ਜਿਹੜੀ ਉਹਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ, ਅਤੇ ਨਾਲ ਹੀ ਮੰਗ ਕਰਦੀ ਹੈ ਕਿ ਜਿਹੜਾ ਉਹਦਾ ਪਰਿਵਾਰ ਨੂੰ ਇੱਕ ਵੱਡਾ ਮੁਆਵਜ਼ਾ ਦੇ ਕੇ ਉਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਸਥਿਤੀ ਦੇ ਉੱਪਰ ਵੀ ਗੌਰ ਕੀਤਾ ਜਾਵੇ। ਅੱਜ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੀ ਜਾਂ 117 ਵਿਧਾਨ ਸਭਾ ਦੇ ਉੱਪਰ ਇਹ ਪੁਤਲਾ ਸਾੜ ਕੇ ਜਿਹੜਾ ਯੋਗੀ ਅਤੇ ਮੋਦੀ ਅਤੇ ਭਾਜਪਾ ਦਾ ਜਿਹੜਾ ਵਿਰੋਧ ਪ੍ਰਦਰਸ਼ਨ ਕਰਕੇ ਆਪਣਾ ਜਿਹੜਾ ਵਿਰੋਧ ਜ਼ਾਹਰ ਕਰ